जब बचपन च गल की सी, मैं तेरे जोगा तो मैं भी कहता मैं तेरे जोगा पुत्रा बाजा वाले बेसवा के दरबार से पहरे के तरह खिला दुमार को सदना महाराज एक बार बख्श दो महाराज मैं अपराधी हूँ सच्चे पातशाह जी कहते जी भुलारा कड़ा प्रसाद की देग तैयार करवा के पांच प्यारियां दे कोलो अपनी सुधाई करा आखो सतनाम नरक तो तेनू मैं बचा लिया नरक तो बचा लिया मैं नाराज नहीं मैनू तेरे पर उपकार चेते आ हुण पांच प्यारे साहबां दे कोलो सुधाई जरूर करा आखो सतनाम श्री अजे नरक से नहीं सी गया कहण तो मुराद माड़ी बिरती नहीं सी भोगी आखो सतनाम श्री इधर रब पहरेदार बनता धरना भगत जी का इधर धन गुरु गोबिंद सिंह साहब महाराज पहरेदार बनते ने अपने सिख दिया को सतनामे हाँ गुरमुख गुरु घर की पवित्र धरती से जुड़ के अपने समय सवासों सफल कर रहे हो दास की बहरीन देह की फेरी का गुरु ग्रंथ साहब महाराज की कृपा के अज ये अखीरला दीवान कल वापसी है ते महाराज सच्चे पातशाह जी की कृपा का सदका धन धन संत बाबा ज्वाला सिंह जी हरखोवाल वाले महापुरखों दसीसा संत बाबा गुरबचन सिंह जी महापुरखों के राही आई हैं भगती वालियां दीआं असीसा ही धार दीआं ने आखो सतनाम श्री बंदगी वालियां दीआं असीसा धार दीआं ने संत का संग वड भागी पाई है संत की सेवा नाम सत संग जीओ 13 अप्रैल तो लैके अज तक ते कल 2:30 बजे फ्लैट है दास दे कोलों 13 अप्रैल तो लैके अज तक श्री गुरु ग्रंथ साहिब महाराज की हजूरी में आउंदिया बाहर संगतां दे विच विचरदिया घर घर गुरमुख प्यारियां दे कोल जांदिया अणगिणत भुल्लां गलतियां होईयां ने ਹੋਈਆਂ ਭੁੱਲਾਂ ਦੀ ਤੁਹਾਡਾ ਦਾਸਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਅਤੇ ਸੰਗਤ ਦੇ ਕੋਲੋਂ ਖਿਮਾ ਮੰਗਦੇ ਕਈ ਵਾਰ ਬੋਲਦਿਆਂ ਚੱਲਦਿਆਂ ਇਹ ਜ਼ਬਾਨ ਹੈ ਵੱਧ ਘੱਟ ਬੋਲ ਨਿਕਲ ਜਾਂਦੇ ਨੇ ਜੇ ਕਿਸੇ ਨੂੰ ਕੋਈ ਵੀ ਬੋਲ ਰੜਕਿਆ ਹੋਵੇ ਉਸ ਬੋਲ ਦੀ ਮੇਰੀ ਭੁੱਲ ਸਮਝ ਕੇ ਖਿਮਾ ਬਖਸ਼ਿਓ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੈਨੂੰ ਸਦਾ ਹੀ ਬਹਿਰੀਨ ਦੀ ਧਰਤੀ ਤੋਂ ਗੁਰੂ ਕੇ ਸਿੱਖਾਂ ਵੱਲੋਂ ਖੁਸ਼ੀਆਂ ਦੀਆਂ ਤੇ ਠੰਡੀਆਂ ਹਵਾਵਾਂ ਆਉਂਦੀਆਂ ਰਹਿਣਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਕੋਈ ਵੀ ਬੱਚਾ ਕੋਈ ਵੀ ਵਰਕਰ ਅੰਨ ਤੋਂ ਧਨ ਤੋਂ ਕੰਮ ਤੋਂ ਖਾਲੀ ਨਾ ਰਹੇ ਇਹ ਮੇਰੀ ਮਹਾਰਾਜ ਦੇ ਚਰਨਾਂ ਚ ਅਰਦਾਸ ਕੰਪਨੀਆਂ ਵੀ ਅਰਬਾਂਪਤੀ ਹੋਣ ਤੇ ਵਰਕਰ ਵੀ ਅਰਬਾਂਪਤੀ ਹੋਣ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੇਰਾ ਮਾਲਕ ਸਭ ਨੂੰ ਨਾਮ ਨਿਧੀਆਂ 18 ਸਿੱਧੀਆਂ ਵਾਲੀ ਬਰਕਤ ਮੇਰਾ ਮਾਲਕ ਨਾਮ ਜਪਾ ਕੇ ਬਾਣੀ ਪੜ੍ਹਾ ਕੇ ਸਭ ਦੀ ਝੋਲੀ ਵਿੱਚ ਬਰਕਤਾਂ ਵਰਸਾਵੇ ਸਭ ਨੂੰ ਗੁਰੂ ਨਾਨਕ ਦੇ ਕਰੋ ਲੱਖ 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 ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਸਤਿਕਾਰ ਜੋ ਗੁਰਮੁਖ ਪਿਆਰੇ ਸਰਦਾਰ ਗੁਰਮੇਲ ਸਿੰਘ ਜੀ ਉਹਨਾਂ ਦੇ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਦਰਸ਼ਨ ਹੋਏ ਨੇ ਇੰਡੀਆ ਚਲੋ ਗਏ ਸਨ ਯਾਦ ਕਰਦੇ ਰਹੇ ਮੈਨੂੰ ਮੀਤ ਪ੍ਰਧਾਨ ਸਰਦਾਰ ਸੁਰਜਨ ਸਿੰਘ ਜੀ ਦੱਸਦੇ ਰਹੇ ਆ ਕਿ ਸਰਦਾਰ ਜੀ ਗਏ ਹੋਏ ਨੇ ਉਹਨਾਂ ਨੇ ਆ ਜਾਣਾ ਦੀਦਾਰੇ ਹੋਏ ਆ ਗੁਰੂ ਕਿਰਪਾ ਕਰੇ ਸਭ ਗੁਰਸਿੱਖਾਂ ਦੇ ਗੁਰਮੁਖਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਸਦਾ ਚੜ੍ਹਦੀਆਂ ਕਲਾ ਵਿੱਚ ਮੇਲ ਮਿਲਾਪ ਹੁੰਦੇ ਰਹਿਣ ਦਾਸ ਆਪਣੀ ਵੱਲੋਂ ਵੀ ਕੋਈ ਉਸ ਗੱਲ ਗੰਗਰੇਜ ਨਹੀਂ ਕਰੇਗਾ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਸੰਗਤਾਂ ਨੂੰ ਬੇਨਤੀਆਂ ਕਰ ਤੇ ਸੰਗਤਾਂ ਦੇ ਦੀਦਾਰੇ ਕਰਵਾ ਦਿੰਦੇ ਆ ਸੰਗਤਾਂ ਦੇ ਦੀਦਾਰੇ ਕਰਵਾ ਦਿੰਦੇ ਆ ਦਾਸ ਰਿਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤ ਦਾ ਗੁਰਮੁਖਾਂ ਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ
ਬਾਕੀ ਸਾਧ ਸੰਗਤ ਮੇਰੇ ਮਾਲਕ ਨੇ ਡਿਊਟੀ ਹੀ ਐਸੀ ਲਾਈ ਹੈ। ਕੀਰਤਨ ਕਰਦਿਆਂ ਕਰਦਿਆਂ ਹੀ ਬਹਿਰੀਨ ਮੈਂ ਆ ਜਾਂਦਾ ਤੇ ਇੱਧਰੋਂ ਜਦੋਂ ਜਾਣਾ ਕੀਰਤਨ ਕਰਦਿਆਂ ਕਰਦਿਆਂ ਪੰਜਾਬ ਚਲੇ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੱਲ੍ਹ ਨੂੰ ਤਕਰੀਬਨ 9 ਵਜੇ ਦਿੱਲੀ ਫਲੈਟ ਹੈ ਤੇ ਮੇਰਾ ਖਿਆਲ ਆ ਸ਼ਾਇਦ 11 ਤੋਂ 12 ਮੇਰਾ ਰਾਤ ਦਿੱਲੀ ਗੀਤਾ ਕਲੋਨੀ ਬਲਾਕ ਨੰਬਰ 13 ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਰਾਤ ਦਾ ਤੇ ਪਰਸੋਂ ਦੇ ਦਿਨ ਦਾ 2 ਦਿਨ ਦਾ ਦੀਵਾਨ ਉੱਥੇ ਦਿੱਲੀ ਦੀ ਸੰਗਤ ਨੇ ਰੱਖਿਆ। ਜੇ ਵੇਲੇ ਸਿਰ ਚਲੇ ਗਿਆ ਤੇ ਹਾਜ਼ਰੀ ਕਰਾਂਗਾ, ਨਹੀਂ ਤੇ ਫਿਰ ਐਤਵਾਰ ਉੱਥੇ ਹਾਜ਼ਰੀ ਜ਼ਰੂਰ ਭਰਾਂਗਾ, ਕਿਉਂਕਿ ਕਈ ਵਾਰ ਫਲੈਟ ਦਾ ਸਮਾਂ ਵਾਧਾ ਘਾਟਾ ਲੱਗ ਜਾਂਦਾ। ਮੈਂ ਉਹਨਾਂ ਦੇ ਨਾਲ ਬੇਨਤੀ ਕੀਤੀ ਸੀ ਜੇ ਟਾਈਮ ਨਾ ਆ ਗਿਆ, ਕਹਿਣ ਲੱਗੇ ਜੀ ਕੋਈ ਗੱਲ ਨਹੀਂ, ਜੇ ਲੇਟ ਵੀ ਆਪ ਜੀ ਹੋ ਗਏ ਤੇ ਆਪ ਜੀ ਐਤਵਾਰ ਦੀ ਹਾਜ਼ਰੀ ਭਰਦੇ। ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਸੰਗਤ ਦਾ ਧੰਨਵਾਦ ਆ, ਉਹ ਸ੍ਰੀ ਅਨੰਦ ਸਾਹਿਬ ਰਲ ਮਿਲ ਕੇ ਪੜੀਏ। ਰਾਮ ਕਰੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਰੇ ਸਤਿਗੁਰੂ ਮੈਂ ਪਾਇਆ ਸਮਾਇਆ ਸਹਿਜ ਜੀ ਮਨ ਦੀਆਂ ਬਰਦਾਨੀਆਂ ਸਤਿਗੁਰ ਪ੍ਰਭਾਵ ਸੁਣਿਆ ਜਬ ਸੁਣਾ ਮੇਰਾ ਜੀਆ ਸਤਿਗੁਰ ਹੋਈ ਗਿਆ ਮਨ ਦੀ ਬਰਦਾਨੀਆਂ ਮਨ ਪਾਇਓ